जीएएनू خوش آمدید ਕਿਸਾਨ ਵੀਰੋ ਤੁਹਾਡੇ ਵੱਲੋਂ ਮਿਲਿਆ ਹੈ ਪਰਵਾਹ ਹੁੰਗਾਰਾ ਇਸ ਲਈ ਇੱਕ ਵਾਰ ਮੋੜ ਤੋਂ ਤੁਹਾਡੇ ਪਸ਼ੂ ਪਾਲਣ ਨਾਲ ਜੁੜੇ ਸਵਾਲਾਂ ਦੇ ਹੱਲ ਲੱਭਣ ਦੀ ਫਰਾਗ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਂ ਇਸ ਡੇਰੀ ਫਾਰਮ ਹੈਲਪਲਾਈਨ ਦਾ ਸੀਜ਼ਨ 3 ਲੈ ਹਾਜ਼ਰ ਹਾਂ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 8699037369 ਇਸ ਉੱਤੇ ਤੁਸੀਂ ਮਿਸਟ ਕਾਲ ਕੀਤੀ ਜਾਂ ਵਟਸਐਪ ਕੀਤਾ ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ ਤੇ ਅੱਜ ਦਾ ਜੋ ਵਿਸ਼ਾ ਹੈ ਉਹ ਬਹੁਤ ਹੀ ਅਹਿਮ ਵਿਸ਼ਾ ਹੈ ਉਸ ਨਾਲ ਕਿਸਾਨ ਵੀਰ ਅੱਜ ਵੀ 2-4 ਹੋ ਰਹੇ ਨੇ ਜੋ ਕਿ ਇਹ ਲੰਪੀ ਚੰਬੜੀ ਰੋਗ ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਪ੍ਰਿੰਸੀਪਲ ਨੇ ਖਾਲਸਾ ਵੈਟਨਰੀ ਕਾਲਜ ਅੰਮ੍ਰਿਤਸਰ ਤੋਂ ਡਾਕਟਰ ਹਰੀਸ਼ ਕੁਮਾਰ ਵਰਮਾ ਡਾਕਟਰ ਸਾਹਿਬ ਜੀ ਆਇਆਂ ਨੂੰ ਮੁਰ ਤੋਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਪਿਛਲੇ ਸੀਜ਼ਨ ਨੂੰ ਸਾਡਾ ਬਹੁਤ ਪਰਵਾ ਹੁੰਗਾਰਾ ਮਿਲਿਆ ਹੈ ਔਰ ਬਹੁਤ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਮੁਸ਼ਕਲਾ ਨੇ ਉਸ ਨੂੰ ਵੀ ਜਿਹਨੂੰ ਕਹਿੰਦੇ ਹੱਲ ਉਹਨਾਂ ਨੂੰ ਵੇਖਣ ਨੂੰ ਮਿਲਿਆ ਤੇ ਅੱਜ ਦਾ ਜੋ ਵਿਸ਼ਾ ਹੈ ਉਸ ਨਾਲ ਕਿਸਾਨ ਵੀਰ ਬਹੁਤ ਜ਼ਿਆਦਾ ਦੋਚਾਰ ਹੋਏ ਨੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਵੀ ਇਸ ਬਿਮਾਰੀ ਨੇ ਉਹਨਾਂ ਦਾ ਕੀਤਾ ਤੇ ਜਾਨਣਾ ਚਾਹਾਂਗੇ ਕਿ ਥੋੜਾ ਵਿਸਤਾਰ ਪੂਰਵਕ ਤੁਸੀਂ ਦੱਸੋ ਇਸ ਬਿਮਾਰੀ ਬਾਰੇ ਕਿ ਇਹ ਕਿਵੇਂ ਪ੍ਰਭਾਵਿਤ ਕਰਦੀ ਹੈ ਹਾਂ ਦੇਖੋ ਜਿਹਦਾ ਨਾਮ ਹੈ ਲੰਪੀ ਸਕਿਨ ਡਿਜ਼ੀਜ਼ ਜਿਹਦੇ ਨਾਮ ਤੋਂ ਹੀ ਪਤਾ ਲੱਗਦਾ ਲੰਪੀ ਦਾ ਮਤਲਬ ਕੀ ਹੁੰਦਾ ਗੰਢਾਂ ਬਣਨਾ ਤੇ ਲੰਪੀ ਸਕਿਨ ਡਿਜ਼ੀਜ਼ ਮਤਲਬ ਕਿ ਇਹ ਲੰਬੀ ਚਮੜੀ ਦਾ ਰੋਗ ਹੈ ਜਿਹੜਾ ਕਿ ਇੱਕ ਵਿਸ਼ਾਣੂ ਨਾਲ ਹੁੰਦਾ ਹੈ ਤੇ ਛੂਤਦਾਰ ਵੀ ਹੈ ਇੱਕ ਜਾਨਵਰ ਤੋਂ ਦੂਜੇ ਜਾਨਵਰ ਨੂੰ ਹੋ ਜਾਂਦਾ ਹੈ ਇਹਦੇ ਚ ਵੱਡੀ ਗੱਲ ਇਹ ਹੈ ਕਿ ਇਹ ਲਵੇਰਿਆਂ ਚ ਹੁੰਦਾ ਹੈ گاਵਾਾਂ ਚ ਮੱਝਾਂ ਚ ਹੁੰਦਾ ਕਟੜੂੜੂ ਬੱਚਰੂਆਂ ਚ ਹੁੰਦਾ ਹੈਗਾ ਤੇ ਮੱਝਾਂ ਦੇ ਮੁਕਾਬਲੇ ਗਾਵਾਂ ਚ ਜ਼ਿਆਦਾ ਹੁੰਦਾ ਗਾਵਾਂ ਚ ਵੀ ਜਿਹੜੀਆਂ ਦੋਗਲੀਆਂ ਗਾਵਾਂ ਆ ਉਹਦੇ ਚ ਵਾਪਾ ਵੇਖਿਆ ਗਿਆ ਇਹਦੇ ਕਰਕੇ ਕੀ ਹੁੰਦਾ ਹੈ ਕਿ ਪਹਿਲੇ ਹਲਕਾ ਬੁਖਾਰ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਕੀ ਹੁੰਦਾ ਕਿ ਬੁਖਾਰ ਤੋਂ ਬਾਅਦ ਪਸ਼ੂ ਜਿਹੜਾ ਹੈ ਪੱਠੇ ਛੱਡ ਦਿੰਦਾ ਹੈਗਾ ਪੱਠੇ ਛੱਡੇ ਦੁੱਧ ਘਟ ਗਿਆ ਤੇ ਚਮੜੀ ਦਿਖ ਮਾੜੀ ਹੋ ਗਈ ਕਿਉਂਕਿ ਉਹਨੇ ਉੱਥੇ ਗੰਡਾ ਮਾਰ ਜਾਣੀਆਂ ਸਾਰੇ ਸਰੀਰ ਤੇ ਠੀਕ ਹੈ ਤੇ ਇਹਦੀ ਜਿਹੜੀ ਜਿਹੜੀ ਮੋਰਬਿਡਿਟੀ ਅਸੀਂ ਕਹਿੰਦੇ ਆ ਕਿ ਕਿੰਨੇ ਕੁ ਇੱਕ ਫਾਰਮ ਤੇ ਜੇ 100 ਜਾਨਵਰ ਹੈਗੇ 20 25 ਜਾਨਵਰ ਇਹਦੇ ਨਾਲ ਇਫੈਕਟ ਹੋ ਸਕਦੇ ਇਹਦਾ ਇਫੈਕਟ ਆ ਸਕਦਾ ਤੇ ਮੋਰਟੈਲਿਟੀ ਦਰ ਜਿਹਨੂੰ ਕਹਿੰਦੇ ਕਿ ਕਿੰਨੇ ਕੁ ਮਾਰ ਸਕਦੇ ਇੱਕ ਤੋਂ 5 ਫੀਸੇ ਦੀ ਦੇਖੀ ਗਈ ਹੈ ਤੇ ਇਹ ਬਿਮਾਰੀ ਜਿਹੜੀ ਹੈ ਨਾ ਹਿੰਦੂਸਤਾਨ ਚ ਇੱਕ ਨੈਸ਼ਨਲ ਜਿਹੜੀ ਲੈਬ ਹੈਗੀ ਜਿਹੜੀ ਸਾਨੂੰ ਦੱਸਦੀ ਹੈ ਜਿਹੜੇ ਅਸੀਂ ਵਾਇਰਸ ਟੈਸਟ ਕਰਦੇ ਆਂ ਬਾਇਓ ਸਿਕਿਉਰਟੀ ਲੈਬ ਨੈਸ਼ਨਲ ਪੁਪਾਲ ਚ ਹੈਗੀ ਮਧਿਆ ਪ੍ਰਦੇਸ਼ ਚ ਹਿੰਦੁਸਤਾਨ ਦੀ ਇੱਕ ਹੀ ਲੈਬ ਹੈ ਉਹਨੇ 2019 ਜਗਾਇਦਾ ਸੀ ਕਿ ਲੰਪੀ ਸਕਿੰਗ ਦੀਜ਼ੀਜ਼ ਆ ਗਈ ਸੁਚੇਤ ਹੋ ਜਾਓ ਫਿਰ ਆਪਾਂ ਨਹੀਂ ਹੋਏ ਇਹ ਹੁਣ ਜਾ ਕੇ ਨਹੀਂ ਕਾਫੀ ਜਿਹੜਾ ਹੈ ਨੁਕਸਾਨ ਕੀਤਾ ਹੈਗਾ ਸਾਰੇ ਹਿੰਦੁਸਤਾਨ ਚ ਚੱਲੀ ਸੀ ਅਫਰੀਕਾ ਤੋਂ ਤੇ ਉੱਥੇ ਤਾਂ ਲਗਾਤਾਰ ਵੈਕਸੀਨੇਸ਼ਨ ਦੀ ਸੰਭਾਲਦੇ ਪਰ ਸਾਡਾ ਜਿਹੜਾ ਹੈ ਕਿਉਂਕਿ ਸਾਨੂੰ ਜਿਵੇਂ ਕੋਵਿਡ ਚ ਸੀ ਆਪਾਂ ਪਹਿਲੀ ਵੇਵ ਆਈ ਕਿੰਨੇ ਨੁਕਸਾਨ ਹੋਇਆ ਫਿਰ ਦੂਜੀ ਚ ਆਪਾਂ ਸੰਭਲ ਗਏ ਵੈਕਸੀਨ ਵਗੈਰਾ ਬਣਾ ਲਈ ਉਦਾਂ ਹੀ ਇਹਨੇ ਜਿਵੇਂ ਇੱਕਦਮ ਆਈ ਤੇ ਇਹਨੇ ਕਾਫੀ ਨੁਕਸਾਨ ਕੀਤਾ ਤੇ ਸਾਡੇ ਜਿਹੜੇ ਪਸ਼ੂ ਪਾਲਕ ਹੈ ਡੇਰੀ ਪਾਲਕ ਹੈ ਕਾਫੀ ਉਹਨਾਂ ਨੂੰ ਨੁਕਸਾਨ ਚੇਲਣਾ ਪਿਆ ਮੈਂ ਅੰਦੇਸ਼ਾ ਕਿਤੇ ਨਾ ਕਿਤੇ ਪਹਿਲੇ ਦੇ ਦਿੱਤਾ ਗਿਆ ਸੀ ਕਿ ਇਹ ਬਿਮਾਰੀ ਆਣ ਵਾਲੀ ਹੈ ਪਰ ਫਿਰ ਵੀ ਸਾਵਧਾਨੀ ਨਹੀਂ ਵਰਤੀ ਹਾਂ ਕਿਉਂਕਿ ਦੇਖੋ 2019 ਚ ਉਹਨਾਂ ਨੇ ਤਾਂ ਕਹਿਤਾ ਸੀ ਜੇ ਉਦੋਂ ਵੈਕਸੀਨ ਵਗੈਰਾ ਬਣ ਜਾਂਦੀ ਤਾਂ ਆਪਾਂ ਸੰਭਾਲ ਅਜਾ ਸਰ ਜਿਵੇਂ ਤੁਸੀਂ ਲੱਛਣ ਬਾਰੇ ਇਹ ਦੱਸ ਰਹੇ ਹੋ ਥੋੜਾ ਹੋਰ ਵਿਸਤਾਰਪੂਰਵਕ ਚਾਹਵਾ ਕਿ ਇਹਦੇ ਲੱਛਣ ਐਗਜ਼ੈਕਟਲੀ ਹੁੰਦੇ ਕੀ ਨੇ ਤੇ ਇਹ ਬਿਮਾਰੀ ਫੈਲਦੀ ਕਿਵੇਂ ਹਾਂ ਦੇਖੋ ਲੱਛਣ ਜਿਹੜਾ ਸਭ ਤੋਂ ਵੱਡਾ ਲੱਛਣ ਹੈਗਾ ਪਹਿਲੇ ਬੁਖਾਰ ਹੁੰਦਾ ਤੇ ਜਾਨਵਰ ਨੇ ਭੁੱਖ ਘਟ ਜਾਂਦੀ ਹੈ ਦੁੱਧ ਕੱਟੇਗਾ ਉਹਦੇ ਨਾਲ ਨਾਲ ਚਮੜੀ ਤੇ ਸਾਰੇ ਸਰੀਰ ਤੇ ਗੰਡਾਂ ਜੀਆਂ ਵੱਜ ਜਾਣੀਆਂ ਹੈਗੀਆਂ ਵੱਡੀਆਂ ਵੱਡੀਆਂ ਹੋ ਜਾਂਦੀਆਂ ਫਿਰ ਕਈ ਵਾਰ ਫੁੱਟ ਵੀ ਜਾਂਦੀਆਂ ਹੈਗੀਆਂ ਮੱਖੀਆਂ ਬਹਿ ਗਈਆਂ ਕਿਉਂਕਿ ਬਰਸਾਤਾਂ 'ਚ ਹੋਈ ਸੀ ਜਾਦੇ ਫਿਰ ਉਹਨੇ ਅੰਡੇ ਦੇ ਤੇ ਮੈਗਟ ਬੂਡ ਬਣ ਗਏ ਉਦੇ ਨਾਲ ਨਾਲ ਉਹ ਜਿਹੜੇ ਜਿਹੜੇ ਜ਼ਖਮ ਹੈਗੇ ਨਾ ਜਿਹੜੇ ਗੰਡਾ ਬਣਨੀ ਆ ਪੈਰਾਂ ਤੇ ਵੀ ਬਣ ਜਾਂਦੀਆਂ ਹੈਗੀਆਂ ਖੁਰਾਂ ਦੇ ਉੱਪਰ ਬਣ ਜਾਂਦੀਆਂ ਥਾਣਾ ਚ ਬਣ ਜਾਂਦੀਆਂ ਹੈਗੀਆਂ ਇਹਦੇ ਨਾਲ ਨਾਲ ਜਿਹੜਾ ਕੀ ਹੁੰਦਾ ਹੈਗਾ ਕਿ ਇਹਦਾ ਜਿਹੜਾ ਫੈਲਾਵ ਦੀ ਜੇ ਗੱਲ ਕਰਦੇ ਆਪਾਂ ਤੇ ਇਹ ਜਿਹੜਾ ਇਹਨੇ ਫੈਲਣਾ ਹੈਗਾ ਇਹ ਫੈਲਦੀ ਹੈ ਮਕੈਨਿਕਲ ਵੈਕਟਰ ਮਤਲਬ ਕਿ ਸਿੱਧਾ ਨਹੀਂ ਕਿ ਜੇ ਮੱਖੀ ਹੈ ਮੱਛਰ ਹੈ ਚਿਚੜ ਹੈਗੇ ਇਹ ਜਿਵੇਂ ਜਿਵੇਂ ਉਹਨੇ ਮੱਖੀ ਨੇ ਦਸ ਮਾਰ ਕੱਟ ਲਿਆ ਠੀਕ ਹੈ ਉਹ ਫਿਰ ਜਿਹੜੀ ਇੱਕ ਬਿਮਾਰ ਜਾਨਵਰ ਸੀਗਾ ਉਸ ਤੋਂ ਜਿਹੜੇ ਜਿਹੜਾ ਤੰਦਰੁਸਤ ਜਾਨਵਰ ਨੂੰ ਉਹਨੇ ਫਿਰ ਕੱਟ ਲਾ ਤੇ ਉੱਥੋਂ ਫਿਰ ਇਹ ਵਾਇਰਸ ਫੈਲ ਜਾਣਾ ਹੈਗਾ ਤੇ ਜਿਹੜੀ ਬਿਮਾਰੀ ਜਿਹੜੀ ਹੈ ਵਾਇਰਸ ਉਹ ਟਰਾਂਸਮਿਟ ਹੋ ਗਿਆ ਤੇ ਕਿਸੇ ਦੇ ਰਾਹੀਂ ਜਿਹੜੀ ਇਹ ਜਾਂਦੀ ਹੈਗੀ ਹੈ ਤੇ ਫਿਰ ਗਾਂਹ ਜਾ ਕੇ ਬਿਮਾਰ ਕਰਦੀ ਹੈ ਤੇ ਵੈਸੇ ਜੇ ਕਈ ਵਾਰ ਕੀ ਹੁੰਦਾ ਕਿ ਦੂਸ਼ਿਤ ਜਿਹੜਾ ਹੈ ਉਹਦੇ ਚ ਨੱਕ ਚੋਂ ਜਿਹੜਾ ਹੈ ਨੱਕ ਵੀ ਵਗਦਾ ਹੈਗਾ ਮੂੰਹ ਚ ਜ਼ਖਮ ਹੋ ਜਾਂਦੇ ਹੈ ਜਿਹੜਾ ਹੈ ਟ੍ਰੇਕੀਆ ਹੈਗਾ ਉਹਦੀ ਸਾਹ ਲੀ ਨਲੀ ਹੈਗੀ ਉਹਦੇ ਚ ਵੀ ਜ਼ਖਮ ਹੋ ਜਾਂਦੇ ਹੈਗੇ ਤੇ ਜਦੋਂ ਪਾਣੀ ਆਂਦਾ ਹੈਗਾ ਨੱਕ ਚ ਪਾਣੀ ਵਗਦਾ ਜੇ ਪੱਠੇ ਆਪਣੇ ਉਹ ਖਰਾਬ ਹੋ ਕੇ ਦੂਸ਼ਿਤ ਹੋ ਗਏ ਤੇ ਉਹ ਜਿਹੜੇ ਦੂਜੇ ਜਾਨਵਰ ਨੂੰ ਉਧਰੋਂ ਵੀ ਟ੍ਰਾਂਸਫਰ ਹੁੰਦੀ ਪਰ ਮੋٹے ਤੌਰ ਤੇ ਜਿਹੜੀ ਹੈ ਮੱਖੀ ਮੱਛਰ ਚਿਚਣਾ ਨਹੀਂ ਇਹ ਇੱਕ ਜਾਨਵਰ ਤੋਂ ਦੂਜੇ ਜਾਨਵਰ ਨੂੰ ਫੈਲਦੀ ਹੈ ਬਿਲਕੁਲ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਕਿ ਜੇ ਇਹ ਲੱਛਣ ਜਿਹੜੇ ਨੇ ਉਹ ਤੁਹਾਡੇ ਪਸ਼ੂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਤੁਹਾਡੇ ਲਵੇਰੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਉਹ ਡਾਕਟਰ ਨੂੰ ਜ਼ਰੂਰ ਸੰਪਰਕ ਕਰਨਾ ਹੈ ਤੇ ਉਹਨਾਂ ਦੀ ਸਲਾਹ ਦੇ ਨਾਲ ਹੀ ਅੱਗੇ ਤੁਸੀਂ ਤੁਰਨਾ ਹੈ ਤੇ ਜਿਵੇਂ ਡਾਕਟਰ ਸਾਹਿਬ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ 1 ਤੋਂ 5% ਦੀ ਜਿਹੜਾ ਮਾਰਟੈਲਿਟੀ ਰੇਟ ਜਿਹੜਾ ਹੈ ਯਾਨੀ ਕਿ ਮੌਤ ਜਿਹੜੀ ਉਹ ਜਾਨਵਰ ਦੀ ਹੋ ਜਾਂਦੀ ਹੈ ਤੇ ਮੌਤ ਤੋਂ ਬਾਅਦ ਕਿਵੇਂ ਉਸ ਦਾ ਜਿਹੜਾ ਸਰੀਰ ਹੈ ਉਸ ਨਾਲ ਕੀ ਕਰਨਾ ਚਾਹੀਦਾ ਕਿਉਂਕਿ ਉਹ ਵੀ ਇੱਕ ਵੱਡਾ ਸਵਾਲ ਹੈ ਇਹ ਇੱਕ ਕਿਸਾਨ ਵੀਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਇਹਦੇ ਨਾਲ ਕੀ ਹੁੰਦਾ ਕਿ ਅਸੀਂ ਜਿਹੜੇ ਹੈ ਫੀਲਡ 'ਚ ਦੇਖੀਏ ਗਰਭਪਾਤ ਵੀ ਦੇਖਿਆ ਹੈਗਾ ਅਬੋਰਸ਼ਨ ਵੀ ਹੋ ਜਾਂਦੀ ਹੈ ਇਨਫਰਟੀਲਿਟੀ ਵੀ ਹੁੰਦੀ ਹੈ ਜਾਨਵਰ ਫਿਰ ਠਹਿਰਦੇ ਨਹੀਂ ਹੈਗੇ ਜਿਹੜਾ ਦੂਜਾ ਸਵਾਲ ਹੈ ਜਿਵੇਂ ਹੁਣ ਮੌਤ ਦਰ ਦੀ ਆਪਾਂ ਜਿਹੜੀ ਗੱਲ ਕਰ ਰਹੀਆਂ ਜਿਹੜਾ ਸਾਡਾ ਜਾਨਵਰ ਜਿਹੜਾ ਮਰ ਗਿਆ ਉਹਦਾ ਕੀ ਕੀਤਾ ਜਾਵੇ ਉਹਨੂੰ ਦੇਖਿਆ ਆਪਾਂ ਨੇ ਉਹਦੀ ਡਿਸਪੋਜ਼ਲ ਕਰਨੀ ਬਹੁਤ ਜ਼ਰੂਰੀ ਹੈ ਉਹਨੂੰ ਦੇਖਿਆ ਕਿ ਆਪਾਂ ਨੇ ਟੋਆ ਪੱਟ ਕੇ ਦੂਰ ਪਿੰਡ ਦੇ ਬਾਹਰ ਜਿਵੇਂ ਕਿ ਹੱਡਾ ਰੋੜੀ ਤੇ ਛੱਡ ਦੇਣੇ ਜਾਨਵਰ ਉਦਾਂ ਨਹੀਂ ਛੱਡਣੇ ਹੈਗੇ ਟੋਆ ਪੱਟ ਕੇ ਉਹਦੇ ਵਿੱਚ ਡੀਪ ਬਰੀਅਲ ਕਰਨੀ ਹੈ ਫਿਰ ਉਹਨੂੰ ਮਿੱਟੀ ਪਾ ਕੇ ਤੇ ਉਹਦੇ ਤੇ ਫਿਰ ਚੂਨਾ ਵਗੈਰਾ ਪਾ ਕੇ ਤਾਂ ਡਾਕਟਰ ਦੀ ਸਲਾਹ ਨਾਲ ਜਿਹੜੀ ਆਪਾਂ ਉਹਦੇ ਨਿਪਟਾਰਾ ਕਰਨਾ ਹੈਗਾ ਉੱਤੇ ਉੱਥੇ ਤਾਰ ਵਗੈਰਾ ਵੀ ਲੱਗਣੀ ਚਾਹੀਦੀ ਐ ਨਾ ਹੋਵੇ ਭਈ ਜੇ ਆਪਾਂ ਜੇ ਡੂੰਘਾ ਨਹੀਂ ਕਰਾਂਗੇ ਤਾਂ ਕੀ ਹੋ ਗਿਆ ਕੁੱਤੇ ਵਗੈਰਾ ਨੇ ਪੱਟ ਲਿਆ ਤੇ ਉੱਥੋਂ ਫਿਰ ਉਹ ਫੈਲ ਜਾਂਦੀ ਹੈਗੀ ਤੇ ਉਹ ਉਹ ਬਹੁਤ ਨੁਕਸਾਨ ਕਰਦੀ ਹੈ ਬਿਮਾਰੀ ਹੋਰ ਫੈਲ ਸਕਦੀ ਹੈ ਤੇ ਦੂਜੀ ਗੱਲ ਹੀ ਖੋਰ ਧਿਆਨ ਦੇਣ ਦੀ ਲੋੜ ਹੈ ਜਿਹੜਾ ਜਾਨਵਰ ਮਰਿਆ ਹੈ ਉਹਦੀਆਂ ਜਿਹੜੀਆਂ ਬੈਡਿੰਗਸ ਹੈਗੀਆਂ ਜਿਹੜੀ ਜਿਹੜਾ ਜਿਹੜਾ ਆਪਾਂ ਰੱਖਿਆ ਸੀਗਾ ਸਾਜੋਸਮਾਨ ਜਿਹੜਾ نیچے ਉਹਦੇ ਬਚਾਇਆ ਹੋਇਆ ਸੀ ਉਹ ਵੀ ਨਾਲ ਹੀ ਡਿਸਪੋਜ਼ਲ ਹੋਣਾ ਚਾਹੀਦਾ ਤੇ ਨਾਲ ਜਿਹੜੀ ਗੱਡੀ ਕੋਈ ਪਿੰਡ 'ਚ ਜਿਵੇਂ ਇੱਕ ਕੋਈ ਆਪਾਂ ਰੇੜਾ ਰੱਖ ਲਿਆ ਉਹ ਇਹੀ ਕੰਮ ਨੂੰ ਰੱਖ ਲਿਆ ਤੇ ਉਹਦੀ ਵੀ ਜਿਹੜੀ ਹੈ ਜਦੋਂ ਲੈ ਕੇ ਜਾਣਾ ਨਾ ਆਪਾਂ ਬਰੀਅਲ ਵਾਸਤੇ ਉਹਨੂੰ ਡੂੰਘਾ ਦਬਾਉਣ ਵਾਸਤੇ ਤੇ ਉਹ ਵੀ ਢੱਕਿਆ ਹੋਣਾ ਚਾਹੀਦਾ ਐ ਨਹੀਂ ਓਪਨ ਆਪਾਂ ਰੱਖ ਰਹੇ ਹਾਂ ਤੇ ਉੱਥੋਂ ਫਿਰ ਵਾਇਰਸ ਫੈਲ ਸਕਦਾ ਹੈ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਡਾਕਟਰ ਦੀ ਮਦਦ ਦੇ ਨਾਲ ਡੂੰਘਾ ਟੂਆ ਪੱਟ ਕੇ ਉਹਦੇ 'ਚ ਉਹਨੂੰ ਦਬਾਉਣਾ ਹੈਗਾ ਤੇ ਚੂਨਾ ਵਗੈਰਾ ਪਾ ਕੇ ਤੇ ਉੱਥੇ ਨਿਗਰਾਨੀ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਕੁੱਤੇ ਵਗੈਰਾ ਜਿਹੜੇ ਆਉਂਦੇ ਆ ਅੱਜਕੱਲ ਕਾਫੀ ਹੁੰਦੇ ਆ ਤੇ ਉਹ ਫਿਰ ਉਹਨਾਂ ਨੇ ਪੱਟ ਲਿਆ ਤੇ ਫਿਰ ਜਾ ਕੇ ਫਿਰ ਨੁਕਸਾਨ ਬਾਈ ਇਥੇ ਕਿਸਾਨ ਵੀਰਾਂ ਤੇ ਮਨਾਂ ਵਿੱਚ ਮਨ ਲੱਗਦਾ ਹੈ ਵੀ ਸਵਾਲ ਹੋ ਸਕਦਾ ਹੈ ਕਿ ਉਹ ਜੇ ਆਪ ਇਹ ਕਰਾਰੇ ਨੇ ਤੇ ਉਹਨਾਂ ਨੂੰ ਵੀ ਕੁਝ ਚੀਜ਼ਾਂ ਦਾ ਧਿਆਨ ਆਪਣੇ ਲਈ ਵੀ ਰੱਖਣਾ ਚਾਹੀਦਾ ਹੈ ਦੇਖੋ ਇੰਦਾ ਹੈਗਾ ਆ ਵਾਇਰਸ ਹੈਗਾ ਵੈਸੇ ਤਾਂ ਇਹ ਹੋਸਟ ਸਪੈਸਿਫਿਕ ਹੈ ਜਾਨਵਰ 'ਚ ਹੀ ਹੁੰਦਾ ਕਿਉਂਕਿ ਇਹ ਜਿਹੜੀ ਜਿਹੜਾ ਵਾਇਰਸ ਹੈਗਾ ਨਾ ਇਹ ਪੌਕਸ ਵੈਰਾਈਟੀ ਫੈਮਿਲੀ ਹੈਗੀ ਉਹਦਾ ਹੈਗਾ ਜਿਹੜਾ ਗੋਟ ਪੌਕਸ ਵੱਖਰਾ ਹੈ ਸ਼ੀਪ ਪੌਕਸ ਵੱਖਰਾ ਹੈ ਕੈਮਲ ਪੌਕਸ ਵੱਖਰਾ ਹੈ ਗਾਂਵ ਪਰ ਇਹ ਹੁੰਦਾ ਜਿਹੜਾ ਹੈ ਜੇ ਕਈ ਫਾਰਮ ਤੇ ਅਸੀਂ ਇਹ ਵੀ ਵੇਖਿਆ ਬੱਕਰੀਆਂ ਵੀ ਰੱਖੀਆਂ ਹੈਗੀਆਂ ਉਹਨਾਂ 'ਚ ਨਹੀਂ ਹੋਇਆ گاਵਾ ਮੱਝਾਂ 'ਚ ਹੀ ਹੁੰਦਾ ਹੈਗਾ ਤੇ ਜਿਹੜੇ ਬੰਦਿਆਂ 'ਚ ਇਹ ਘੱਟ ਹੋਣ ਦੇ ਚਾਂਸਸ ਹੈ ਪਰ ਫਿਰ ਵੀ ਆਪਾਂ ਜੇ ਟਰਲੇ ਨਹੀਂ ਜੇ ਆਪਾਂ ਕੰਮ ਕਰ ਰਹੇ ਆਂ ਤੇ ਆਪਾਂ ਗਲਵਜ਼ ਨਹੀਂ ਪਾਏ ਤੇ ਉਦਾਂ ਹੀ ਗੰਦੇ ਮੰਦਾ ਖਾ ਲੈਨੇ ਫਿਰ ਵਾਇਰਸ ਵੀ ਕਈ ਵਾਰ ਮਿਊਟੇਟ ਕਰ ਜਾਂਦਾ ਹੈ ਬਿਮਾਰੀ ਹੋ ਸਕਦੀ ਹੈ ਪਰ ਵੈਸੇ ਇਹ ਜਿਹੜੀ ਹੈ ਜਾਨਵਰ ਤੋਂ ਜਾਨਵਰ ਨੂੰ ਹੁੰਦੀ ਹੈ ਜਾਨਵਰ ਤੋਂ ਬੰਦਿਆਂ ਨੂੰ ਨਹੀਂ ਹੁੰਦੀ ਇਹ ਕੋ ਨਿਸ਼ਚਿੰਤ ਹੋਣਾ ਚਾਹੁੰਦਾ ਪਰ ਬਚਾਅ ਆਪਣਾ ਤ ਬਹੁਤ ਜ਼ਰੂਰੀ ਬਿਲਕੁਲ ਬਚਾ ਜਿਹੜਾ ਬੜਾ ਜ਼ਰੂਰੀ ਪਰ ਕਿਸਾਨ ਵੀਰਾਂ ਦੇ ਮਨਾਂ ਵਿੱਚ ਜਿਹੜੇ ਰੌਕ ਸਾਹਿਬ ਸਵਾਲ ਨੇ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਕਾਲ ਦੇ ਜ਼ਰੀਏ ਉਹਨਾਂ ਨਾਲ ਜੁੜਾਂਗੇ ਤੁਸੀਂ ਵੇਖਦੇ ਰਹੋ ਅਸੀਂ ਡੇਰੀ ਫਾਰਮ ਹੈਲਪਲਾਈਨ ਸੀਜ਼ਨ 10 ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅਸੀਂ ਡੇਰੀ ਫਾਰਮ ਹੈਲਪਲਾਈਨ ਸੀਜ਼ਨ 10 ਤੇ ਅੱਜ ਦਾ ਜਿਹੜਾ ਵਿਸ਼ਾ ਬਹੁਤ ਹੀ ਅਹਿਮ ਵਿਸ਼ਾ ਹੈ ਕਿਸਾਨ ਵੀਰਾਂ ਨਾਲ ਪਸ਼ੂ ਪਾਲਕਾਂ ਨਾਲ ਜੁੜਿਆ ਹੋਇਆ ਵਿਸ਼ਾ ਲੰਪੀ ਸਕਿਨ ਡਿਜ਼ੀਜ਼ ਤੇ ਇਸ ਬਾਰੇ ਸਾਡੇ ਨਾਲ ਚਰਚਾ ਕਰ ਰਹੇ ਨੇ ਡਾਕਟਰ ਹਰੀਸ਼ ਕੁਮਾਰ ਵਰਮਾ ਡਾਕਟਰ ਸਾਹਿਬ ਜਿਵੇਂ ਮੈਂ ਬ੍ਰੇਕ ਵੇਟ ਜਾਣ ਤੋਂ ਪਹਿਲੇ ਕਿਹਾ ਸੀ ਕਿ ਹੁਣ ਅਸੀਂ ਕਿਸਾਨ ਵੀਰਾਂ ਨਾਲ ਸਿੱਧਾ ਸੰਪਰਕ ਸਾਧਾਂਗੇ ਕਾਲ ਦੇ ਜ਼ਰੀਏ ਉਹਨਾਂ ਨਾਲ ਜੁੜਾਂਗੇ ਤੇ ਪਹਿਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕੀ ਨਾਏ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਾਂਜੀ ਡਾਕਟਰ ਸਾਹਿਬ ਸ਼ਸ਼ੀਕਲ ਮੈਂ ਜਗਦੀਪ ਕਲਾਂ ਤੋਂ ਬੋਲ ਰਿਹਾ ਜੀ ਹਾਂਜੀ ਕੀ ਨਾਏ ਜੀ ਤੁਹਾਡਾ ਸਿਮਰਪ੍ਰੀਤ ਸਿੰਘ ਜੀ ਹਾਂਜੀ ਤੁਸੀਂ ਆਪਣਾ ਸਵਾਲ ਪੁੱਛੋ ਜੀ हां जी डॉक्टर साहब मैं पूछना चाहना कि ओल्म्पिक स्किन डिजीज ਆ ਜਿਹੜੀ ਇਹ ਵਾਲੇ ਪਸ਼ੂ ਰੱਖਣ ਨਾਲ ਜਾਂ ਇਹਨਾਂ ਦਾ ਦੁੱਧ ਪੀਣ ਨਾਲ ਇਹ ਜਿਹੜੀ ਬਿਮਾਰੀ ਆ ਇਹ ਸਾਡੇ ਅੰਦਰ ਵੀ ਆਉਂਦੀ ਆ ਇਹਦਾ ਕੋਈ ਇਫੈਕਟ ਹੈਗਾ ਸਾਡੇ ਤੇ ਜੀ ਇਹਨਾਂ ਨੇ ਬਹੁਤ ਵਧੀਆ ਸਵਾਲ ਪੁੱਛਿਆ ਕਿਉਂਕਿ ਦੇਖੋ ਆਪਾਂ ਲਵੇਰੇ ਰੱਖਦੇ ਨੇ ਦੁੱਧ ਵਾਸਤੇ ਜੇ ਆਪਾਂ ਦੁੱਧ ਪੀ ਸਕਦੇ ਨਹੀਂ ਪੀ ਸਕਦੇ ਬਿਮਾਰੀ ਦੀ ਹਾਲਤ ਵਿੱਚ ਤੇ ਇਹ ਸਵਾਲ ਠੁਕਮਾ ਬੰਦਾ ਹੈਗਾ ਮੈਂ ਸਾਰੇ ਡੇਰੀ ਪਾਲਕਾਂ ਨੂੰ ਪਸ਼ੂ ਪਾਲਕਾਂ ਨੂੰ ਤੇ ਆਵਾਮ ਨੂੰ ਆਮ ਦੱਸਣਾ ਚਾਹਨਾ ਹੈਗਾ ਕਿ ਜਿਹੜੀ ਇਹ ਬਿਮਾਰੀ ਹੈਗੀ ਇਹਦੇ ਜਿਹੜੇ ਗ੍ਰਸਤ ਜਿਹੜੇ ਜਾਨਵਰ ਹੈਗੇ ਉਹਨਾਂ ਤੋਂ ਜਿਹੜਾ ਦੁੱਧ ਆਪਾਂ ਲੈਨੇ ਆ ਉਹ ਬਿਮਾਰੀ ਉਹ ਦੁੱਧ ਨਾਲ ਬੰਦਿਆਂ ਨੂੰ ਨਹੀਂ ਹੁੰਦੀ ਫੇਰ ਮੈਂ ਕਹਿ ਰਿਹਾ ਕਿ ਦੁੱਧ ਪੀਣ ਨਾਲ ਇਹ ਬਿਮਾਰੀ ਨਹੀਂ ਹੁੰਦੀ ਕਿਉਂਕਿ ਦੁੱਧ ਜਿਹੜਾ ਆਪਾਂ ਪੀਣਾ ਉਬਾਲ ਕੇ ਪੀਣਾ ਹੈ ਸਾਡਾ ਪੀਣ ਦਾ ਹੀ ਤਰੀਕਾ ਇਹ じゃ ਹੈਗਾ ਜੇ ਕੱਚਾ ਦੁੱਧ ਪੀਓਗੇ ਫੇਰ ਰਿਸਕ ਵਗੈਰਾ ਹੋ ਸਕਦਾ ਕਈਆਂ ਨੂੰ ਆਦਤ ਹੁੰਦੀ ਹੈ ਸਿੱਧੀਆਂ ਧਾਰਾ ਮਾਰਦੇ ਨੇ ਤੇ ਉਹ ਗਲਤ ਹੈਗਾ ਦੁੱਧ ਜੇ ਆਪਾਂ ਬਾਜ਼ਾਰੋਂ ਵੀ ਦੁੱਧ ਲੈਣੇ ਆ ਦੇਖੋ ਪੈਕੇਟ ਹੁੰਦਾ ਹੈ ਨਾ ਉਸ ਤੇ ਲਿਖਿਆ ਹੁੰਦਾ ਹੈ ਪਾਸਚਰਾਇਜ਼ਡ ਉਹਦਾ ਮਤਲਬ ਹੀ ਹੁੰਦਾ ਹੈ ਕਿ ਉਹਨਾਂ ਨੇ ਗਰਮ ਕਰਕੇ ਠੰਡਾ ਕੀਤਾ ਵੀ ਕਿਟਾਣੂ ਰਹਿਤ ਕੀਤਾ ਹੋਇਆਗਾ ਇਹ ਸਾਨੂੰ ਆਮ ਪਬਲਿਕ ਨੂੰ ਸਮਝਣਾ ਚਾਹੀਦਾ ਹੈ ਕਿ ਦੁੱਧ ਸਵਸ ਹੈ ਤੇ ਉਬਾਲ ਕੇ ਪੀਓ ਪਾਸਚਰਾਇਜ਼ ਦੁੱਧ ਲੋ ਵੈਸੇ ਕੱਚੇ ਦੁੱਧ ਤੋਂ ਹੋ ਸਕਦੀ ਹੈ ਅਦਰਵਾਈਜ਼ ਬਿਲਕੁਲ ਨਹੀਂ ਹੋ ਸਕਦੀ ਕੋਈ ਡਰਨ ਦੀ ਲੋੜ ਨਹੀਂ ਹੈਗੀ ਇਹ ਤੇ ਡਾਕਟਰ ਸਾਹਿਬ ਇਹ ਵੀ ਚੀਜ਼ ਹੈ ਕਿ ਇਹਦੇ ਕੋਈ ਵੈਕਸੀਨੇਸ਼ਨ ਵੀ ਹੈ ਅਵੇਲੇਬਲ ਦੇਖੋ ਵੈਕਸੀਨ ਜਿਹੜੀ ਹੈਗੀ ਹੈ ਕਿਉਂਕਿ ਸਿੱਧੀ ਜਿਹੜੀ ਵੈਕਸੀਨ ਹੈਗੀ ਹੈ ਨਾ ਜਿਹੜੀ ਕੈਟਲ ਬਫਲੋ ਨੂੰ ਜਿਹੜਾ ਜਿਹੜਾ ਵਾਇਰਸ ਹੈਗਾ ਉਹਦੀ ਵੈਕਸੀਨ ਜਿਹੜੀ ਸੀਗੀ ਇੰਡੀਅਨ ਵੈਟਰੀ ਰਿਸਰਚ ਇੰਸਟੀਚਿਊਟ ਬਰੇਲੀ ਚ ਹੈਗਾ ਉਹਨਾਂ ਨੇ ਤੇ ਕੋਇਨ ਇੰਸਟੀਚਿਊਟ ਹੈਗਾ हिसार ਚ ਇਹਨਾਂ ਨੇ ਮਿਲ ਕੇ ਬਣਾਈ ਸੀ ਜਿਹੜੀ ਲਾਂਚ ਵੀ ਹੋਈ ਸੀ ਭਾਰਤ ਸਰਕਾਰ ਵੱਲੋਂ ਮਿਨਿਸਟਰ ਸਾਹਿਬ ਨੇ ਲਾਂਚ ਕੀਤੀ ਸੀ ਪਰ ਉਹ ਕਮਰਸ਼ੀਅਲ ਅਵੇਲੇਬਲ ਜਿਹੜੀ ਹੋਗੀ ਉਹ ਫਰਵਰੀ ਚ ਹੋਗੀ ਸਾਡੇ ਕਿਸਾਨਾਂ ਨੂੰ ਮਿਲੂਗੀ ਪਰ ਹਾਲ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜਿਹੜੀ ਗੋਟ ਪੌਕਸ ਦੀ ਜਿਹੜੀ ਵੈਕਸੀਨ ਹੈਗੀ ਹੈ ਉਹੀ ਕੰਪਨੀ ਬਣਾ ਰਹੀ ਹੈਗੀ ਹੈ ਤੇ ਉਹ ਆਪਾਂ ਲਗਾ ਸਕਦੇ ਆ ਤਿੰਨੇ ਮੱਲੋਂ ਦੀ ਡੋਜ਼ ਹੈ ਤੇ ਸਾਰੇ ਪਸ਼ੂਆਂ ਨੂੰ ਲਵਾਉਣੀ ਹੈ ਇਹ ਨਹੀਂ ਹੈਗਾ ਵੀ ਸਾਡਾ ਇਹ ਦੁੱਧ ਦੇਣ ਵਾਲਾ ਇਹਨੂੰ ਬਚਾਉਣਾ ਨਹੀਂ ਜਦ ਲਵਾਉਣੀ ਹੈ ਤੇ ਵੈਕਸੀਨੇਸ਼ਨ ਸਾਰੇ ਪਸ਼ੂਆਂ ਨੂੰ ਲਾਉਣੀ ਚਾਹੀਦੀ ਹੈ ਤੇ ਫਿਰ ਆਪਾਂ ਇਸ ਤੋਂ ਬਚਾ ਹੁੰਦਾ ਹੈ ਬਿਲਕੁਲ ਡਾਕਟਰ ਸਾਹਿਬ ਬਹੁਤ ਹੀ ਵਿਸਤਾਰਪੂਰਵਕ ਤੁਸੀਂ ਜਾਣਕਾਰੀ ਦਿੱਤੀ ਤੇ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ ਹਾਂਜੀ ਕੀ ਨਾਇਜ਼ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਂ ਗੁਰਮੀਤ ਸਿੰਘ ਰਖੜਾ ਪਿੰਡ ਕੜਿਆਲ ਜ਼ਿਲ੍ਹਾ ਮੋਗਾ ਤੋਂ ਬੋਲ ਰਿਹਾ ਜੀ ਹਾਂਜੀ ਗੁਰਮੀਤ ਜੀ ਆਪਣੇ ਸਵਾਲ ਪੁੱਛੋ ਮੈਂ ਇਹੀ ਪੁੱਛਣਾ ਚਾਹ ਰਾ ਹਾਂ ਡਾਕਟਰ ਸਾਹਿਬ ਨੂੰ ਜਿਹੜੀ ਐਲ ਐਫ ਡੀ ਬਿਮਾਰੀ ਹੈ ਡਾਕਟਰ ਸਾਹਿਬ ਇਸ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਫਾਰਮ ਲੈਵਲ ਉੱਪਰ ਕੀ ਖਾਸ ਪ੍ਰਬੰਧ ਕਰਨੇ ਚਾਹੀਦੇ ਨੇ ਜੀ ਗੁਰਮੀਤ ਸਿੰਘ ਹੋਰਾਂ ਨੇ ਬਹੁਤ ਵਧੀਆ ਸਵਾਲ ਪੁੱਛਿਆ ਕਿ ਦੇਖੋ ਪਹਿਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਸ਼ਾਣੂ ਰੋਗ ਹੈਗਾ ਤੇ ਸਭ ਤੋਂ ਵੱਡਾ ਜਿਹੜਾ ਰੋਲ ਹੈਗਾ ਕਿ ਆਪਣਾ ਜਦ ਬਿਮਾਰ ਪਸ਼ੂ ਆਪਾਂ ਲੱਗਦਾ ਹੈ ਕਿ ਆਪਾਂ ਜਿਹੜੀਆਂ ਹੰਗਲਾਂਤਾਂ ਆ ਗਈਆਂ ਬਿਮਾਰ ਪਸ਼ੂ ਨੂੰ ਵੱਖਰਾ ਕਰਨਾ ਹੈ ਤੰਦਰੁਸਤ ਜਿਹੜਾ ਹੈਗਾ ਪਸ਼ੂਆਂ ਤੋਂ ਤੇ ਦੂਜਾ ਜਿਹੜਾ ਕੰਮ ਹੈ ਆਪਾਂ ਰੱਖਣੇ ਹੈਗੇ ਆ ਪਹਿਲੇ ਉਹ ਜਿਹੜਾ ਹੈਗਾ ਪਹਿਲੇ ਤੰਦਰੁਸਤ ਪਸ਼ੂ ਨੂੰ ਹੈਂਡਲ ਕਰੇ ਤੇ ਫਿਰ ਜਾ ਕੇ ਜਿਹੜਾ ਹੈ ਬਿਮਾਰ ਪਸ਼ੂ ਨੂੰ ਹੈਂਡਲ ਕਰੇ ਉਸ ਤੋਂ ਬਾਅਦ ਆਪਾਂ ਨੇ ਆਪਣੇ ਫਾਰਮ ਤੇ ਚਿਚੜ ਮੱਖੀ ਮੱਛਰ ਇਹਨਾਂ ਦਾ ਬਚਾਓ ਕਰਨਾ ਹੈ ਇਹਨਾਂ ਨੂੰ ਆਪਾਂ ਨੇ ਕੰਟਰੋਲ ਕਰਨਾ ਹੈ ਉਹਦੇ ਵਾਸਤੇ ਵੱਖਰੀਆਂ ਦਵਾਈਆਂ ਤੇ ਬੱਕੜੇ ਜਿਹੜਾ ਇੰਤਜ਼ਾਮ ਸਾਨੂੰ ਕਰਨਾ ਪਊਗਾ। ਉਹਦੇ ਨਾਲ ਨਾਲ ਜਿਹੜੇ ਕੰਮ ਇਹ ਹੈਗੇ ਉਹ ਦਸਤਾਨੇ ਪਹਿਨ ਕੇ ਰੱਖਣ ਤੇ ਥੋੜੀ ਸਫਾਈ ਰੱਖਣ ਉਹ ਤੇ ਨਾਲ ਹੀ ਆਪਾਂ ਕੀ ਕਰਨਾ ਹੈ ਕਿ ਜਿਹੜਾ ਜਿਹੜੇ ਬਿਮਾਰ ਪਸ਼ੂਆ ਉਹਨਾਂ ਦੀ ਟੋਟ-ਟਵਾਈ ਨਹੀਂ ਕਰਨੀ। ਵਪਾਰ ਮੇਲਿਆਂ 'ਚ ਨਹੀਂ ਲੈ ਕੇ ਜਾਣਾ ਤੇ ਉਹ ਨਹੀਂ ਕਰਨਾ ਹੈਗਾ। ਤੇ ਚੌਥਾ ਹੋ ਅਗਲਾ ਕੰਮ ਹੈਗਾ ਕਿ ਬਾਇਓ ਸਿਕਿਉਰਿਟੀ ਉਹ ਬਹੁਤ ਜ਼ਰੂਰੀ ਹੈ। ਜੈਵ ਸੁਰੱਖਿਆ ਜਿਹਨੂੰ ਕਹਿੰਨੇ ਹੈਗੇ ਕਿ ਬਾਹਰੋਂ ਕੋਈ ਵੀ ਆ ਗਿਆ ਕਿਹੜੇ ਫਾਰਮ ਤੋਂ ਆ ਰਿਹਾ ਹੈ ਗਿਆ ਤੇ ਉਹ ਸਾਡੇ ਬਿਮਾਰੀ ਦੇ ਸਕਦਾ ਹੈਗਾ ਤੇ ਆਪਾਂ ਫਾਰਮ ਦੇ ਬਾਹਰ ਚੂਨਾ ਪਾ ਲੈਣਾ ਹੈਗਾ। ਚੂਨਾ ਪਾ ਕੇ ਜਿਹੜਾ ਫੇਰ ਕੋਈ ਵੀ ਅੰਦਰ ਚਾਹੇ ਚਾਹੇ ਗੱਡੀ ਲੰਗਣੀ ਆ ਮੋਟਰਸਾਈਕਲ ਲੰਗਣਾ ਬੰਦੇ ਲੰਗਣਾ ਉਹ ਚੂਨੇ ਦੇ ਮਤਲਬ ਕਿ ਉਹਦੇ ਉੱਪਰੋਂ ਹੀ ਟੱਪੇ ਤੇ ਅੰਦਰ ਕੀ ਕਰਨਾ ਹੈ ਸਫਾਈ ਕਰਨੀ ਹੈ ਸਫਾਈ ਵਾਸਤੇ ਆਪਾਂ ਕੀ ਕਰਨਾ ਹੈਗਾ ਕਿ ਕਿ ਹਾਈਪੋਕਲੋਰਾਈਟ ਜਿਹੜਾ ਬਲੀਚ ਹੁੰਦਾ ਹੈ 2 ਤੋਂ 3 ਫੀਸਦੀ ਜਾਂ ਆਪਾਂ ਲਾਲ ਦਵਾਈ ਲੈ ਸਕਦੇ ਹਾਂ ਉਹਦੇ ਨਾਲ ਸਫਾਈ ਕਰੋ ਇਹ ਨਹੀਂ ਹੁੰਦਾ ਕਿ ਆਪਾਂ ਦਵਾਈ ਲਾਈ ਸਫਾਈ ਕੀਤੀ ਤੇ ਨਾਲ ਦਾ ਧੋਤਾ ਨਹੀਂ ਉਹ ਜਦੋਂ ਉਹਦਾ ਪੋਚਾ ਲਾਇਆ ਜੋ ਆਪਾਂ ਸਫਾਈ ਕੀਤੀ ਦਵਾਈ ਲਾਈ ਹੈਗੀ ਹੈ ਫਰਸ਼ ਤੇ ਕਿ ਉਹਦੇ ਵਾਸਤੇ 15-20 ਮਿੰਟਾਂ ਦਾ ਘੰਟਾ ਲੱਗੀ ਰਹਿਣ ਦੋ ਉਸ ਤੋਂ ਬਾਅਦ ਉਹਨੂੰ ਸੁਕਾਉਣਾ ਹੈਗਾ ਤੇ ਫਿਰ ਧੋਣਾ ਹੈਗਾ ਤੇ ਕਈ ਵਾਰ ਕੀ ਹੁੰਦਾ ਕਿ ਆਪਾਂ ਚੂਨਾ ਉੱਥੇ ਜਾਨਵਰਾਂ ਦੇ ਥੱਲੇ ਪਾ ਦਿੰਨੇ ਉਹ ਬਿਲਕੁਲ ਗਲਤ ਹੈ ਕਿਉਂਕਿ ਚਮੜੀ ਦੀ ਆਲਰੇਡੀ ਇਨਫੈਕਸ਼ਨ ਇਹ ਹੈਗੀ ਹੈ ਜ਼ਖਮ ਬਣੇ ਹੈਗੇ ਜੇ ਉਹ ਤੁਸੀਂ ਕਰੋਗੇ ਤੇ ਹੋਰ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਰਿਐਕਟ ਕਰੇਗੀ ਤੇ ਉਹਦੇ ਕਰਕੇ ਹੋਰ ਉਹਨਾਂ ਨੂੰ ਦਰਦ ਹੋਊਗੀ ਪਸ਼ੂ ਜਿਹੜਾ ਦੁਖੀ ਰਹੂਗਾ ਇਸ ਕਰਕੇ ਜਿਹੜੇ ਹੈ ਕਿ ਆਪਾਂ ਨੇ ਸੂਚਿਤ ਕਰਨਾ ਹੈ ਨੇੜੇ ਦੇ ਡਾਕਟਰ ਨੂੰ ਜਿਹੜੇ ਬਿਮਾਰ ਪਸ਼ੂ ਉਹਨਾਂ ਦਾ ਇਲਾਜ ਕਰਨਾ ਹੈ ਜਿਹੜੇ ਤੰਦਰੁਸਤ ਪਸ਼ੂ ਆ ਉਹਨਾਂ ਨੂੰ ਵੱਖਰਾ ਕਰਨਾ ਹੈਗਾ ਕੰਮ ਇਹਦੇ ਦੇਖ ਰੇ ਕਰਨੀ ਹੈ ਤੇ ਹੋਰ ਆਪਾਂ ਢੋਟਵਾਈ ਨਹੀਂ ਕਰਨੀ ਤੇ ਅੰਦਰ ਵਾਇਰਸ ਕੋਰਟੀ ਦਾ ਪੂਰਾ ਇੰਤਜ਼ਾਮ ਰੱਖਣਾ ਹੈ ਤੇ ਫਿਰ ਆਪਾਂ ਜਿਹੜਾ ਹੈ ਇਸ ਫਾਰਮ ਇਸ ਫਾਰਮ ਤੇ ਇਸ ਬਾਰੀ ਨੂੰ ਆਪਾਂ ਕਾਬੂ ਕਰ ਪਾਵਾਂਗੇ ਬਿਲਕੁਲ ਡਾਕਟਰ ਸਾਹਿਬ ਨੇ ਬਹੁਤ ਹੀ ਵਿਸਤਾਰ ਪੂਰਵਕ ਹਦਾਇਤਾਂ ਜੜੀਆਂ ਨੇ ਕਿਸਾਨ ਵੀਰੋ ਦਿੱਤੀਆਂ ਨੇ ਹੁਣ ਧਿਆਨ ਜਿਹੜਾ ਹੈ ਉਹ ਤੁਸੀਂ ਰੱਖਣਾ ਤਾਂ ਕਿ ਇਹ ਬਿਮਾਰੀ ਜਿਹੜੀ ਹੈ ਤੁਹਾਡੇ ਫਾਰਮ ਤੇ ਨਾ ਆਏ ਤੁਹਾਡੇ ਪਸ਼ੂਆਂ ਉੱਤੇ ਇਸ ਦਾ ਅਸਰ ਜਿਹੜਾ ਹੈ ਉਹ ਨਾ ਹੋਵੇ ਇਸ ਦਿਨਾਰੇ ਡਾਕਟਰ ਸਾਹਿਬ ਉਹਨਾਂ ਅਗਲੇ ਕਿਸਾਨ ਵੀਰ ਵੀ ਸੱਜਣਾਂ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਵੀ ਜਾਣਦੇ ਆ ਹਾਂ ਜੀ ਕੀ ਨਾਇ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਂ ਹਰਜੀਤ ਸਿੰਘ ਗਿੱਲ ਬੋਲ ਰਿਹਾ ਜੀ ਪਿੰਡ ਮੇਰਾ ਢਲਮਾਵਾਲਾ ਜ਼ਿਲ੍ਹਾ ਮੋਗਾ ਜੀ ਹਾਂ ਜੀ ਹਰਜੀਤ ਜੀ ਆਪਣਾ ਸਵਾਲ ਪੁੱਛੋ ਸਵਾਲ ਸਰ ਇਹ ਜੀ ਜੀ ਮੈਂ ਇਸ ਵਾਰ ਓਲੰਪਿਕ ਸਕੇਨ ਬਿਮਾਰੀ ਆਈ ਹੈ ਜੀ ਤੇ ਇਹ ਕੀ ਆਉਂਦੇ ਸਾਲ ਵੀ ਕੋਈ ਇਸ ਤਰ੍ਹਾਂ ਦਾ ਵਾਇਰਸ ਆ ਸਕਦਾ ਜੀ ਵੀ ਇਹਦਾ ਸਾਨੂੰ ਪੱਕਾ ਹੱਲ ਵੀ ਦੱਸੋ ਕੋਈ ਲਾਜ ਵਗੈਰਾ ਇਹਦਾ ਕੋਈ ਉਪਲਬਧ ਹੈਗਾ ਜੀ ਇਸ ਵਕਤ ਹਰਜੀਤ ਹੋਰਾਂ ਨੇ ਬਹੁਤ ਵਧੀਆ ਸਵਾਲ ਪੁੱਛਿਆ ਹੈਗਾ ਦੇਖੋ ਕਿ ਕ ਤੇ ਇਸ ਕਰਕੇ ਇਹਨਾਂ ਦਾ ਸਵਾਲੇ ਬੰਦਾ ਹੈਗਾ ਜਿਹੜੀ ਇਹ ਬਿਮਾਰੀ ਹੈਗੀ ਐ ਦੇਖੋ ਜਿਵੇਂ ਹੋਰ ਬਿਮਾਰੀਆਂ ਹੁੰਦੀਆਂ ਆਮ ਜਿਹੜੀਆਂ ਲਵੇਰਿਆਂ ਚ ਹੁੰਦੀਆਂ ਹਨ ਮੂੰਹ ਖੁਰ ਦੀ ਮਾਰੀ ਗਲਕੋਟੂ ਦੀ ਬਿਮਾਰੀ ਬਰਸਲਸ ਦੀ ਮਾਰੀ ਐ ਅਸੀਂ ਟੀਕਾ ਕਰਨ ਕਰਾਨੇ ਆ ਉਸ ਤੋਂ ਬਾਅਦ ਕਹਿੰਨੇ ਲਿਖ ਕੇ ਰੱਖੋ ਦੁਬਾਰਾ ਲਵਾਓ ਇਦਾਂ ਹੀ ਇਹ ਜਿਹੜੀ ਬਿਮਾਰੀ ਆ ਆਮ ਉਥੇ ਅਫਰੀਕਾ ਚ ਹੁੰਦੀ ਸੀ ਤੇ ਆਪਾਂ ਨੇ ਵੀ ਵੈਕਸੀਨ ਇਹਦੀ ਬਣ ਗਈ ਹੈਗੀ ਫਰਵਰੀ ਚ ਅਵੇਲੇਬਲ ਹੋ ਜਾਏਗੀ ਤੇ ਇਹ ਆਪਾਂ ਇਹਦਾ ਟੀਕਾਕਰਨ ਕਰਵਾਣਾ ਸਾਰਾ ਜਾਨਵਰਾਂ ਨੂੰ ਕਰਾਣਾ ਜੇ ਆਪਾਂ ਟੀਕਾ ਕਰਨ ਕਰਵਾਉਂਦਾ ਹੀ ਰਵਾਂਗੇ ਇਹਦੇ ਲਗਾਤਾਰ ਤਾਂ ਆਪਾਂ ਬਚਾਓ ਹੋ ਸਕਦਾ ਪਰ ਜਿਹੜਾ ਸਾਨੂੰ ਕੀ ਧਿਆਨ ਰੱਖਣਾ ਪੈਣਾ ਸਾਰੇ ਜਾਨਵਰ ਨਈ ਸੂਈ ਨਮੀ ਸਰਿੰਜ ਨੂੰ ਉਹ ਵੈਕਸੀਨ ਕਰवानी ਹੈ ਤੇ ਉਹ ਕੋਲਡ ਚੇਨ ਵੀ ਮੇਨਟੇਨਡ ਹੋਵੇ ਸਾਰੇ ਜਾਨਵਰਾਂ ਨੂੰ ਲੈ ਕੇ ਉਸ ਤੋਂ ਬਾਅਦ ਉਹਦੇ ਨਾਲ ਨਾਲ ਆਪਾਂ ਕੀ ਕਰਨਾ ਹੈ ਬਾਇਓ ਸਿਕਿਉਰਟੀ ਦਾ ਧਿਆਨ ਰੱਖਣਾ ਹੈਗਾ ਕਿ ਟੋ ਟਵਾਈ ਨਾ ਹੋਵੇ ਜਾਨਵਰਾਂ ਦੀ ਜਦੋਂ ਇਹ ਬਿਮਾਰੀ ਹੋ ਜਾਂਦੀ ਹੈ ਤੇ ਆਪਣੇ ਫਾਰਮ ਤੇ ਜਿਹੜੀ ਹੈਗੀ ਉਹ ਕਾਮਿਆਂ ਨੂੰ ਜਿਹੜਾ ਹੈਗਾ ਜਿਹੜਾ ਸੁਚੇਤ ਕਰਨਾ ਉਹਨਾਂ ਨੂੰ ਦੱਸਣਾ ਕਿਵੇਂ ਕੰਮ ਕਰਨਾ ਹੈਗਾ ਤੇ ਬਾਕੀ ਜਦ ਬਿਮਾਰੀ ਆ ਜਾਂਦੀ ਫਿਰ ਐਂਟੀਬਾਇਓਟਿਕ ਵੀ ਲੱਗਿਆ ਬੁਖਾਰ ਉਤਾਰਨ ਵਾਲੀ ਵੀ ਦਵਾਈਆਂ ਵੀ ਲੱਗਣੀਆਂ ਆ ਜਖਮ ਦੀ ਮੈਨੇਜਮੈਂਟ ਵੀ ਸਾਨੂੰ ਕਰਨੀ ਮੱਖੀ ਮੱਛਰ ਨੂੰ ਵੀ ਸੰਭਾਲਣਾ ਪਊਗਾ ਉਹ ਸਾਰੇ ਉਪਰਾਲੇ ਕਰਨਗੇ ਉਹਦੇ ਨਾਲ ਨਾਲ ਜਿਹੜੀ ਹੈ ਜੀ ਆਪਾਂ ਵੈਕਸੀਨ ਸਮੇਂ ਸਿਰ ਲਵਾਵਾਂਗੇ ਉਹਦਾ ਰਿਕਾਰਡ ਰੱਖਾਂਗੇ ਦੁਬਾਰਾ ਫੇਰ ਲਵਾਵਾਂਗੇ ਫਿਰ ਇਹਦਾ ਜਿਹੜਾ ਪੱਕਾ ਪੰਜਵੇਂ ਇਹਦੇ ਨਾਲ ਆਪਾਂ ਇਹਨੂੰ ਕਾਬੂ ਕਰ ਪਾਵਾਂਗੇ ਬਿਲਕੁਲ ਪੱਕਾਲਾ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਹੈਗਾ ਜ਼ਰੂਰ ਹੈ ਪਰ ਜੋ ਹਦਾਇਤਾ ਨੇ ਉਹ ਵੀ ਤੁਸੀਂ ਉਹਨਾਂ ਦਾ ਵੀ ਧਿਆਨ ਰੱਖਣਾ ਹੈ ਤੇ ਵੈਕਸੀਨ ਦਾ ਵੀ ਧਿਆਨ ਰੱਖਣਾ ਹੈ ਤੇ ਇਥੇ ਵੇਲੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ ਬ੍ਰੇਕ ਤੋਂ ਬਾਅਦ ਜਿੱਥੇ ਅਸੀਂ ਇੱਕ ਆਗਾਮੀ ਪਸ਼ੂ ਪਾਲਕ ਨਾਲ ਮੁਲਾਕਾਤ ਕਰਾਂਗੇ ਉਥੇ ਅੱ ਉਹ ਸੋਤੇ ਵੀ ਮੋੜ ਤੋਂ ਚਾਤ ਮਾਰਾਂਗੇ ਤੁਸੀਂ ਵੇਖਦੇ ਰਹੋ ਅਸੀਂ ਇਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 10 ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅਸੀਂ ਇਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 10 ਤੇ ਆਗਾਮੀ ਪਸ਼ੂ ਪਾਲਕ ਉਹ ਹੁੰਦਾ ਜੋ ਆਪ ਤੇ ਮੁਨਾਫਾ ਕਮਾਉਂਦਾ ਹੀ ਹੈ ਬਾਕੀਆਂ ਲਈ ਵੀ ਚਾਨਣ ਮੁਨਾਰਾ ਬਣਦਾ ਤੇ ਅਜਿਹੇ ਇੱਕ ਆਗਾਮੀ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ ਮੈਂ ਜੀ 2005 ਤੋਂ ਲੈ ਕੇ ਡੇਰੀ ਫਾਰਮ ਦਾ ਤੰਦਾਜੀ ਕਰ ਰਿਹਾ ਪਹਿਲਾਂ ਮੈਂ ਕੋਈ ਤਿੰਨ ਤੋਂ ਚਾਰ ਡੰਗਰਾਂ ਤੋਂ ਸਟਾਰਟ ਕੀਤਾ ਫਿਰ ਸਟੈਪ ਬਾਈ ਸਟੈਪ ਹੌਲੀ-ਹੌਲੀ ਇਸ ਨੂੰ ਅੱਗੇ ਵਧਾਉਂਦਾ ਗਿਆ ਪਿਛਲੇ ਸੀਜ਼ਨ ਦੌਰਾਨ ਲੰਪੀ ਸਕਿਨ ਡਿਜ਼ੀਜ਼ ਨੇ ਬਹੁਤ ਹੀ ਮਾੜਾ ਅਸਰ ਸਾਡੇ ਫਾਰਮਰ ਵੀਰਾਂ ਤੇ ਪਾਇਆ ਜਿਹਦੇ ਨਾਲ ਕਾਫੀ ਫਾਰਮਰਾਂ ਦਾ ਨੁਕਸਾਨ ਹੋਇਆ ਇਸ ਬਿਮਾਰੀ ਦੇ ਆਉਣ ਦੇ ਨਾਲ ਮੇਰੇ ਫਾਰਮ ਦੇ ਵਿੱਚ ਵੀ ਇਹ ਪ੍ਰੋਬਲਮ ਆਈ ਜਿਸ ਦੇ ਵਿੱਚ ਮੇਰੇ ਬਹੁਤ ਹੀ ਮਤਲਬ ਕਿ ਕੀਮਤੀ ਜਾਨਵਰ ਜਿਹੜੇ ਦੋ ਡੈੱਡ ਹੋ ਗਏ ਸਾਡੀ ਅਸੀਸ ਫੀਡ ਫੈਕਟਰੀ ਦੀ ਜਿਹੜੀ ਟੀਮ ਡਾਕਟਰਾਂ ਦੀ ਟੀਮ ਆ ਉਹਨਾਂ ਨੇ ਸਾਨੂੰ ਗਾਈਡ ਕੀਤਾ ਉਹਨਾਂ ਦੀ ਗਾਈਡਲਾਈਨ ਦੇ ਹਿਸਾਬ ਦੇ ਨਾਲ ਅਸੀਂ ਟ੍ਰੀਟਮੈਂਟ ਕੀਤਾ ਕੁਝ ਉਹਨਾਂ ਨੇ ਸਾਨੂੰ ਮੈਡੀਸਨ ਵੀ ਪ੍ਰੋਵਾਈਡ ਕਰਵਾਈਆਂ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਜਾਨਵਰਾਂ ਦਾ ਟ੍ਰੀਟਮੈਂਟ ਕਰਕੇ ਇਸ ਬਿਮਾਰੀ ਦੇ ਨਾਲ ਨਜਿੱਠਣ ਵਿੱਚ ਸਫਲ ਹੋ ਕੇ ਮੈਂ ਆਪਣੇ ਫਾਰਮਰ ਵੀਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਸ ਬਿਮਾਰੀ ਦੇ ਨਾਲ ਨਜਿੱਠਣ ਲਈ ਆਪਾਂ ਨੂੰ ਆਪਣੇ ਫਾਰਮ ਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਆਪਾਂ ਨੂੰ ਆਪਣੇ ਫਾਰਮਰ ਫਾਰਮ ਨੂੰ ਸਮੇਂ-ਸਮੇਂ ਸਰ ਸੈਨੀਟਾਈਜ਼ ਕਰਨਾ ਚਾਹੀਦਾ ਹੈ ਔਰ ਜੋ ਸਾਡੇ ਫਾਰਮ ਤੇ ਬਾਹਰੋਂ ਕੋਈ ਵੀ ਵਿਅਕਤੀ ਆਉਂਦਾ ਜਾਂਦਾ ਹੈ ਤਾਂ ਸਾਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਉਹ ਪੂਰੀ ਪ੍ਰਵੈਂਸ਼ਨ ਦੇ ਨਾਲ ਆਉਣ ਜੇਕਰ ਫਾਰਮ ਦੇ ਉੱਪਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਹਨ ਤਾਂ ਸਮਝ ਲਓ ਕਿ ਅਸੀਂ ਆਪਣੇ ਫਾਰਮ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਸਾਡੀ ਇਹੋ ਦੁਆ ਹੈ ਤੇ ਅੱਜ ਦਾ ਜੋ ਵਿਸ਼ਾ ਹੈ ਲੰਪੀ ਸਕਿਨ ਡਿਜ਼ੀਜ਼ ਯਾਨੀ ਕਿ ਲੰਪੀ ਚਮੜੀ ਰੋਗ ਇਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਵੀ ਮੋੜ ਤੋਂ ਇੱਕ ਵਾਰ ਚਾਤ ਪਾਉਨੇ ਹਨ ਇਹਨਾਂ ਮੋਕ ਪੁਆਇੰਟਸ ਦਾ ਵੀ ਤੁਸੀਂ ਜ਼ਰੂਰ ਰੱਖਿਓ ਤੇ ਅਨਡੌਗ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਤੁਸੀਂ ਇਸ ਵਿਸ਼ੇ ਬਾਰੇ ਜੋ ਬਹੁਤ ਹੀ ਅਹਿਮ ਵਿਸ਼ਾ ਹੈ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਬਿਲਕੁਲ ਅਗਲੇ ਹਫਤੇ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਅਸੀਂ ਮੁੜ ਹਾਜ਼ਰ ਹੋਵਾਂਗੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ 8699037369 ਇਹ ਸੋ ਤੇ ਮਿਸਟ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ ਬelhal ਦਿਓ ਇਜਾਜ਼ਤ ਤੇ ਜ਼ਰੂਰ ਹਰ ਹਫਤੇ ਵੇਖਦੇ ਰਹੋ ਅਸੀਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 10 ਰਬ ਰੱਖਾ